ਜਸਵੰਤ ਸਿੰਘ ਜੀ ਸਰ, ਕੀ ਅੱਜ ਮੁੱਦਾ ਹੈ ਤੇ ਵੇਰਕਾ ਦੇ ਅੱਗੇ ਖੜੇ ਹੋ? ਅੱਜ ਮੁੱਦਾ ਜੀ ਇਹ ਆ ਸਾਡਾ, ਜਿੰਨੀਆਂ ਵੀ ਇਹ ਸੋਸਾਇਟੀਆਂ ਨੇ ਇਹਨਾਂ ਦੇ ਉੱਤੇ ਨਾ ਨਾਦਰਸ਼ਾਹੀ ਫਰਮਾਨ ਕਰ ਰਹੇ ਆ ਇਹ, ਜਿੰਨੇ ਵੀ ਇਹ ਆ ਮੈਨੇਜਮੈਂਟ ਆ, ਜਿਵੇਂ ਪਹਿਲਾਂ ਕਾਲੇ ਕਾਨੂੰਨ ਮੋਦੀ ਨੇ ਕੀ ਥੋਪੇ ਸੀ ਸਾਡੇ 'ਤੇ, ਉਸੇ ਤਰ੍ਹਾਂ ਹੀ ਹੁਣ ਜਿੰਨੇ ਵੀ ਇਹ ਦੁੱਧ ਉਤਪਾਦਕਾਂ 'ਤੇ ਅਤੇ ਸੋਸਾਇਟੀਆਂ 'ਤੇ ਇਹ ਆਪੋ ਆਪਣਾ ਕਬਜ਼ਾ ਕਰਨ ਦੀ ਜਿੰਨੀ ਵੀ ਮੈਨੇਜਮੈਂਟ ਹੈ ਕਰ ਰਹੀ ਆ ਜੀ। ਇਹਨਾਂ ਨੇ ਹੁਣ ਕੀ ਕੀਤਾ ਜੀ, ਜਿਹੜੀ ਫੈਂਟ ਆ ਉਹ 5-1 ਤੋਂ 10-0 ਤੱਕ ਕਰਤਾ। ਜਿਵੇਂ ਹੁਣ ਜੇ ਕਿਸੇ ਦੀ ਗਰਮੀਆਂ ਦਾ ਮੌਸਮ ਚੱਲ ਰਿਹਾ, ਗ੍ਰੈਵਿਟੀ ਘੱਟ ਵੀ ਆ ਰਹੀ ਆ, ਅਤੇ ਮੈਨੂਅਲ ਕੁਛ ਨਹੀਂ ਕਰ ਸਕਦੇ, ਵਿੱਚ ਐਂਟਰੀ ਕੋਈ ਨਹੀਂ ਕਰ ਸਕਦੇ ਆਪਦੇ ਹੱਥ। ਜੇ ਹੁਣ ਕਿਸੇ ਦੁੱਧ ਉਤਪਾਦ ਦੀ 10-1 ਫੈਂਟ ਆ ਗਈ, ਉਹ ਦੁੱਧ ਸਾਨੂੰ ਵਾਪਸ ਕਰਨਾ ਪੈਣਾ। ਜੇ 5-1 ਤੋਂ ਜਿਵੇਂ ਘੱਟ ਆ ਗਈ, ਜੇ 4-6 ਫੈਂਟ ਵੀ ਗਾਈਆਂ ਦੀ ਆ ਗਈ, ਉਹ ਵੀ ਦੁੱਧ ਵਾਪਸ ਕਰਨਾ ਪੈਣਾ। ਤੁਸੀਂ ਆਪਣੇ ਆਪ ਦੇਖੋ ਇਹ ਜੀ, ਚੰਡੀਗੜ੍ਹ ਤੋਂ MT ਕਰ ਰਿਹਾ, ਇਹ ਸਾਡੇ AC ਕਮਰਿਆਂ ਦੇ ਵਿੱਚ ਬੰਦ ਬਹਿ ਕੇ ਇਹ ਸਾਡੇ 'ਤੇ ਥੋਪ ਦਿੰਦੇ ਆ। ਸਾਨੂੰ ਇਹਨਾਂ ਨੂੰ, ਅਸੀਂ ਪਹਿਲਾਂ ਵੀ ਇਹਨਾਂ ਨਾਲ ਮੀਟਿੰਗਾਂ ਕੀਤੀਆਂ, ਇਹ ਸਾਨੂੰ ਕਹਿੰਦੇ ਸੀਗੇ ਵੀ ਤੁਹਾਡੇ 'ਚੋਂ ਅਸੀਂ ਸੈਕਟਰੀ ਵੀਰ ਲਵਾਂਗੇ, ਉਹਨਾਂ ਦੀ ਜਿਹੜਾ ਵੀ ਕੋਈ ਕਰਾਂਗੇ, ਕੋਈ ਫੈਸਲਾ ਲਿਆ ਕਰਾਂਗੇ, ਤੁਹਾਡੀ ਰਾਏ ਮਸ਼ਵਰੇ ਨਾਲ ਲਿਆ ਕਰਾਂਗੇ। ਹੁਣ ਇਹ ਸਾਡੇ ਨਾਲ ਕੋਈ ਵੀ ਕਿਸੇ ਨੇ ਰਾਏ ਨਹੀਂ ਕੀਤੀ, ਨਾ ਕਿਸੇ ਡਾਇਰੈਕਟਰਾਂ ਦੀ ਪਹੁੰਚ ਗਿਆ, ਜਾਂ ਜਿੰਨੇ ਵੀ ਅਸੀਂ ਡਾਇਰੈਕਟਰ ਬਣਾਉਂਦੇ ਹਾਂ ਨਾ ਉਹ ਬੋਲਦੇ ਆ ਜਾ ਕੇ। ਇਹਦਾ ਜੀ ਸਾਰਾ ਪੰਜਾਬ ਹੀ ਪ੍ਰਭਾਵਿਤ ਹੋ ਰਿਹਾ। ਜਿਵੇਂ ਹੁਣ ਅਮੂਲ ਆ, ਅਮੂਲ ਵਾਲੇ ਕੋਲ ਇਹ ਹੈ ਹੀ ਨਹੀਂ ਹੈਗੀਆਂ, ਜਿੰਨੀਆਂ ਵੀ ਕੰਡੀਸ਼ਨਾਂ ਇਹ ਲਾ ਰਹੇ ਨੇ, ਅਮੂਲ ਵਾਲਾ ਕੋਈ ਨਹੀਂ ਲਾ ਰਿਹਾ, ਇਹ ਲਾ ਰਹੇ ਨੇ। ਜਿਵੇਂ ਹੁਣ ਸਾਡੇ ਕੋਲ ਜੀ 100 ਪਾ ਰਿਹਾ ਗਾਹਕ, ਜੇ ਕਿਸੇ ਦੀ ਇੱਕਣ ਕੋਈ ਗੱਲਬਾਤ ਹੋ ਗਈ, ਜੇ ਅਸੀਂ ਹੁਣ ਦੁੱਧ ਮੋੜਦੇ ਹਾਂ, ਉਹ ਸਿੱਧਾ ਡਾਇਰੈਕਟ ਆਪਣੇ ਸੈਕਟਰੀ ਅਤੇ ਦੁੱਧ ਉਤਪਾਦਕਾਂ ਦਾ ਆਪਸ ਵਿੱਚ ਉਲਟ ਹੁੰਦਾ ਪਿਆ, ਕਬਜ਼ਾ ਕਰ ਰਹੇ ਜੀ ਸੈਟੀਆਂ ਦੇ ਉੱਤੇ, ਜਿੰਨੇ ਵੀ ਆਪਦਾ ਕੰਟਰੋਲ ਆਪਦਾ ਸਥਾਪਿਤ ਕਰਨ ਨੂੰ ਫਿਰਦੇ ਆ ਇਹ। ਜਿਵੇਂ ਹੁਣ ਕੋਈ ਵੀ ਆ, ਜਿਵੇਂ ਕੋਈ ਆਪਣੀ ਕਮੇਟੀ ਬਣਦੀ ਆ, ਕਮੇਟੀ ਵਾਲਾ ਨਾਂ ਦਾ ਕੋਈ ਬੰਦਾ, ਅੱਗੇ ਕਮੇਟੀਆਂ ਸੀਗੀਆਂ ਆਪਦਾ, ਅਸੀਂ ਸੋਸਾਇਟੀ ਸੀ ਜਿਹੜਾ ਆਪਾਂ ਮੈਂਬਰ ਨਵਾਂ ਭਰਤੀ ਕਰਨਾ, ਦੁੱਧ ਉਤਪਾਦ ਕਲਾਉਣਾ, ਉਹ ਅਸੀਂ ਆਪਦੇ ਕਰਦੇ ਸੀਗੇ, ਅਤੇ ਹੁਣ ਉਹ ਵੀ ਨਹੀਂ ਕਰ ਸਕਦੇ, ਉਹ ਵੀ ਇਹ ਇੱਥੋਂ ਇੱਥੇ ਆਉਣਾ ਪੈਂਦਾ, ਅਰਜ਼ੀ ਦੇਣੀ ਪੈਂਦੀ ਆ, ਫਿਰ ਇਹ ਨਵਾਂ ਮੈਂਬਰ ਭਰਤੀ ਕਰਦੇ ਆ। ਗੱਲਬਾਤ ਦੇਖਦੇ ਹਾਂ ਜੀ, ਕਰਦੇ ਹਾਂ, ਨਹੀਂ ਫਿਰ ਅਸੀਂ ਆਪਦੀ ਦੇਖਦੇ ਹਾਂ, ਨਵਾਂ ਪ੍ਰੋਗਰਾਮ ਲਿਖਦੇ ਹਾਂ ਕੋਈ, ਵੀ ਵੱਡੇ ਵੀ ਲੈਵਲ 'ਤੇ ਧਰਨਾ ਲਾਉਣਾ ਜਾਂ ਕੋਈ ਐਸੀ ਕੀ ਕਰਦੇ, ਉਸ ਲੈਵਲ 'ਤੇ ਕਰਦੇ। ਹੋਰ ਅਮਨਦੀਪ ਸਿੰਘ ਹੈ ਜੀ, ਕੀ ਕਾਰਨ ਆ ਜੀ? ਅੱਜ ਕਾਰਨ ਹੈ ਜੀ, ਸਾਡੇ ਹੱਕਾਂ 'ਤੇ ਅਧਿਕਾਰਾਂ 'ਤੇ ਪਲਾਂਟ ਡਾਕੇ ਮਾਰ ਰਿਹਾ, ਮੇਨ ਮੁੱਦਾ ਜੀ। ਜਿਹੜੀਆਂ ਸਾਡੀਆਂ ਸੁਸਾਇਟੀਆਂ ਨੇ, ਸਾਡੇ ਅਧਿਕਾਰ ਨੇ, ਉਹ ਸਾਡੇ ਤੋਂ ਖੋ ਰਹੇ ਨੇ, ਕਿਉਂਕਿ ਜਿਹੜੇ ਅਧਿਕਾਰ ਸਾਡੇ ਕੋਲ ਨੇ ਉਹ ਸਾਡੇ ਕੋਲ ਰਹਿਣੇ ਚਾਹੀਦੇ ਨੇ। ਆਪਣੇ ਜ਼ਿਲ੍ਹੇ, ਆਪਣੇ ਪੰਜਾਬ ਵਿੱਚ 13 ਪਲਾਂਟ ਨੇ, ਜਿਹਦੇ ਵਿੱਚੋਂ 9 ਪੂਰੇ ਘਾਟੇ ਚੱਲ ਰਹੇ ਨੇ, ਕਰੋੜਾਂ ਦਾ ਘਾਟਾ, ਕਰੋੜਾਂ ਦੇ ਘਪਲੇ ਕਰਕੇ, ਠੀਕ ਆ। ਹੁਣ ਮੈਨੇਜਮੈਂਟ ਦੋਸ਼ੀ ਸਿਰਫ ਸੈਕਟਰੀਆਂ ਨੂੰ, ਪਿੰਡ ਵਾਲੇ ਵਾਸੀਆਂ ਨੂੰ ਸਾਬਤ ਕਰਨ ਖਾਤਰ ਪੁੱਠੇ ਫੈਸਲੇ ਲੈ ਰਹੀ ਆ। ਜਿਹੜੇ 2 ਬਚੇ ਨੇ ਲੁਧਿਆਣਾ ਮੋਹਾਲੀ, ਜਿਹੜੇ ਕਹਿ ਲਓ ਬਰਾਬਰ ਦੇ ਚੱਲ ਰਹੇ ਨੇ, ਵਾਧੇ ਤਾਂ ਹੈ ਨਹੀਂ, ਕਿਉਂਕਿ ਇਹਨਾਂ ਨੇ ਪਿਛਲੇ 2022 ਵਿੱਚ ਬਾਉਂਸ ਵੰਡਿਆ, ਅਤੇ ਉਹ ਵੀ ਇਹਨਾਂ ਤੋਂ ਖਾਤਿਆਂ 'ਚ ਨਹੀਂ ਪਿਆ ਸੁਸਾਇਟੀਆਂ ਦੇ। ਇਹਨਾਂ ਨੇ ਪ੍ਰਧਾਨਾਂ ਦੇ ਸਾਈਨ ਕਰਾ ਲਏ, ਬਾਉਂਸ ਹੱਥੀ ਰੱਖ ਲਿਆ, ਉਹ ਵੀ ਇਹਨਾਂ ਦਾ ਅੱਜ ਤੱਕ ਇਹਨਾਂ ਤੋਂ ਖਾਤਿਆਂ 'ਚ ਨਹੀਂ ਪਿਆ ਹੈਗਾ। ਇਹ ਬਰਾਬਰ ਦੇ ਚੱਲ ਰਹੇ ਨੇ, ਅਤੇ ਇਹਨੂੰ ਵੀ ਡੋਬਣ ਦੀ ਉਹ ਤਿਆਰੀ ਆ। ਅਸੀਂ ਸਿਰਫ ਬਚਾਉਣ ਖਾਤਰ ਆਏ ਹਾਂ, ਅਸਲੀ ਜਿਹੜਾ ਪਲਾਂਟ ਦਾ ਹੱਕਦਾਰ ਆ ਤੁਹਾਡੇ ਮਾਧੇ ਰਾਮ ਰਾਹੀਂ ਦੱਸਦੇ ਹਾਂ, ਉਹ ਪਿੰਡ 'ਚ ਪਾਉਣ ਦੁੱਧ ਪਾਉਣ ਵਾਲਾ, ਅਤੇ ਉਹਦੇ ਸਭਾ ਦੇ ਪ੍ਰਧਾਨ ਨੇ ਜਿਹੜੇ ਪਲਾਂਟ ਦੇ ਹੱਕਦਾਰ ਨੇ ਅਸਲੀ, ਇਹ ਸਿਰਫ ਇੱਥੇ ਨੌਕਰ ਨੇ, ਇਹ ਨੌਕਰ ਤੋਂ ਅਫਸਰ ਵਰਗ ਸਾਡੇ 'ਤੇ ਤਾਨਾਸ਼ਾਹੀ ਫਰਮਾਨ ਸਾਬਤ ਕਰ, ਹਜੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਏ। ਸਾਡੇ ਜਿਹੜੇ MD ਸਾਹਿਬ ਨੇ ਮੇਨ, ਉਹ ਬਹੁਤ ਗਲਤ ਫੈਸਲੇ ਲੈ ਰਹੇ ਨੇ। ਸਾਡੀ ਮੰਗ ਹੈ ਜੀ, ਨਾਦਰਸ਼ਾਹੀ ਫਰਮਾਨ ਵਾਪਸ ਹੋਵੇ, ਸਾਨੂੰ ਅਧਿਕਾਰ ਦਿੱਤੇ ਜਾਣ, ਅਸੀਂ ਆਪਣੀ ਸਭਾ ਦਾ ਖਾਤਾ ਆਪ ਖੋਲ ਸਕੀਏ, ਕਿਹੜੇ ਪ੍ਰੋਡਿਊਸਰ ਤੋਂ ਕਿਵੇਂ ਦੁੱਧ ਲੈਣਾ ਉਹ ਅਸੀਂ ਪਿੰਡਾਂ 'ਚ ਦੇਖਣਾ, ਤਾਂ ਸ਼ਹਿਰਾਂ 'ਚ ਦੁੱਧ ਆਉਣਾ। ਬਾਈ ਚਾਂਸ ਅਸੀਂ ਹੜਤਾਲ 'ਤੇ ਦੁੱਧ ਬੰਦ ਕਰਤਾ, ਸ਼ਹਿਰਾਂ 'ਚ ਸਪਲਾਈ ਬੰਦ ਹੋ ਗਈ, ਤਾਂ MD ਨੂੰ ਵੀ ਗੋਡਿਆਂ ਭਾਰ ਆਉਣਾ ਪਊਗਾ।